ਗੁਰਪ੍ਰੀਤ ਜੀ, ਇਹ ਜਿਹੜਾ ਹਫ਼ਤਾ ਚੱਲ ਰਿਹਾ, ਸਾਕਿਆ ਦਾ ਚੱਲ ਰਿਹਾ, ਤੁਹਾਡੇ ਵੱਲੋਂ ਕੀ ਪਹਿਲਕਦਮੀ ਕਰਕੇ ਬਣਾਇਆ ਗਿਆ ਜੀ? ਜੀ ਬਿਲਕੁਲ ਜੀ, ਕਲਗੀਧਰ ਦਸ਼ਮੇਸ਼ ਪਿਤਾ ਜਿਨ੍ਹਾਂ ਦੇ ਸਮੁੱਚੇ ਪਰਿਵਾਰ ਨੇ ਪੋਹ ਦੇ ਇਹਨਾਂ ਠੰਡੇ ਦਿਨਾਂ ਦੇ ਵਿੱਚ ਜੋ ਮਹਾਨ ਜੋ ਸਾਕਾ ਵਾਪਰਿਆ, ਮਹਾਨ ਸ਼ਹੀਦੀਆਂ ਹੋਈਆਂ ਜਿਹਦੇ ਵਿੱਚ ਕਿ ਅਨੇਕਾਂ ਸਿੰਘਾਂ ਸਿੰਘਣੀਆਂ ਨੇ ਜਿੱਥੇ ਸ਼ਹਾਦਤਾਂ ਦਿੱਤੀਆਂ, ਉੱਥੇ ਦਸ਼ਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਵੀ ਸ਼ਹਾਦਤਾਂ ਹੋਈਆਂ। ਸੋ ਛੋਟੇ ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ, ਜਿਨ੍ਹਾਂ ਨੂੰ ਕਿ ਜਿੰਦਾ ਹੀ ਨੀਹਾਂ ਦੇ ਵਿੱਚ ਚਿਣਾ ਦਿੱਤਾ ਗਿਆ ਸੀ, ਉਹ ਨੀਹਾਂ 'ਚ ਚਿਣਾਉਂਦਿਆਂ ਦਾ ਜੋ ਦ੍ਰਿਸ਼ ਹੈ ਉਹ ਦੱਸ ਰਹੇ ਨੇ ਆਪਣੀ ਕਲਾ ਦੇ ਜ਼ਰੀਏ ਬਣਾ ਕੇ ਸਮਰਪਿਤ ਕੀਤਾ ਹੈ, ਜੋ ਕਿ ਲੋਹੇ ਦੇ ਅਤੇ ਸੁਨਹਿਰੀ ਕਿੱਲਾਂ ਦੇ ਨਾਲ ਇਹ ਤਿਆਰ ਕੀਤਾ ਗਿਆ, ਜਿਹਦੇ ਵਿੱਚ ਕਿ 5030 ਕਿੱਲਾਂ ਦਾ ਇਸਤੇਮਾਲ ਕੀਤਾ ਗਿਆ। ਦੇਖਿਆ ਜਾਵੇ ਤਾਂ ਗੋਲਡਨ ਕਲਰ ਦੇ ਜਿਹੜੇ ਕਿੱਲ ਜਿਹੜੇ ਨੇ ਉਹ ਦਿਖਦੇ ਪਏ ਨੇ, ਉਹ ਕਿਉਂ ਲਗਾਏ ਗਏ ਨੇ ਔਰ ਕਿੰਨਾ ਸਮਾਂ ਲੱਗਾ ਤੁਹਾਨੂੰ ਇਸ ਨੂੰ ਬਣਾਉਣ ਦੇ ਵਿੱਚ? ਤਕਰੀਬਨ ਮੈਨੂੰ 4 ਦਿਨਾਂ ਦਾ ਸਮਾਂ ਲੱਗਾ। ਅਤੇ ਸੁਨਹਿਰੀ ਕਿੱਲ ਜੋ ਮੈਂ ਨੀਹਾਂ ਦੇ ਵਿੱਚ ਇਸਤੇਮਾਲ ਕੀਤੇ ਗਏ, ਇਹਦੇ ਵਿੱਚ ਮੇਨ ਇਹ ਦਰਸਾਇਆ ਗਿਆ ਕਿ ਨਿੱਕੀਆਂ ਨਿੱਕੀਆਂ ਜਿੰਦਾਂ ਜੋ ਵੱਡੇ ਸਾਕੇ ਕਰ ਗਈਆਂ, ਜਿਨ੍ਹਾਂ ਨੇ ਮਹਾਨ ਸ਼ਹਾਦਤਾਂ ਦੇ ਕੇ ਸਮੁੱਚੇ ਸਿੱਖ ਪੰਥ ਨੂੰ ਇੱਕ ਨਵੀਂ ਸੇਧ ਦੇ ਕੇ ਗਏ। ਉਹਨਾਂ ਨੇ ਈਨ ਨਹੀਂ ਮੰਨੀ, ਲੇਕਿਨ ਆਪਣੀਆਂ ਜਾਨਾਂ ਵਾਰ ਗਏ। 7 ਅਤੇ 9 ਸਾਲ ਦੀ ਉਮਰ ਦੇ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ, ਜੋ ਕਿ 7 ਅਤੇ 9 ਸਾਲ ਦੀਆਂ ਉਮਰਾਂ ਦੇ ਵਿੱਚ ਐਡਾ ਵੱਡਾ ਸਾਕਾ ਕਰ ਗਏ, ਜੋ ਕਿ ਸਮੁੱਚੇ ਪੰਥ ਦੇ ਵਿੱਚ ਅੱਜ ਵੀ ਯਾਦ ਕੀਤਾ ਜਾਂਦਾ ਹੈ। ਅਤੇ ਉਹਨਾਂ ਸ਼ਹਾਦਤਾਂ ਨੂੰ ਸਮਰਪਿਤ ਮੈਂ ਜੋ ਇਹ ਪੋਰਟਰੇਟ ਤਿਆਰ ਕੀਤਾ ਹੈ, 4 ਦਿਨਾਂ ਦੇ ਸਮੇਂ ਦੇ ਵਿੱਚ ਬਣਾਇਆ ਅਤੇ ਤਕਰੀਬਨ 5030 ਦੇ ਕਰੀਬ ਇਹਨਾਂ ਨੂੰ ਕਿੱਲ ਲੱਗੇ। ਟੋਟਲ ਕੀ ਕੀ ਚੀਜ਼ ਯੂਜ਼ ਹੋਈ ਇਹਦੇ ਵਿੱਚ? ਇਹ ਪੇਪਰ ਆਰਟ ਅਤੇ ਥਰਮਾਕੋਲ ਅਤੇ ਕਿੱਲਾਂ ਦੇ ਨਾਲ ਤਿਆਰ ਕੀਤਾ ਗਿਆ ਹੈ। ਅਤੇ ਸਮੁੱਚੇ ਸਿੰਘਾਂ ਸਿੰਘਣੀਆਂ ਨੇ ਅਤੇ ਜਿਨ੍ਹਾਂ ਨੇ ਇੱਥੇ ਸ਼ਹਾਦਤਾਂ ਦਿੱਤੀਆਂ ਉਸ ਵੇਲੇ ਚਮਕੌਰ ਦੀ ਗੜੀ ਵਿਖੇ, ਅਤੇ ਕਲਗੀਧਰ ਦਸ਼ਮੇਸ਼ ਪਿਤਾ ਦਾ ਸਮੁੱਚਾ ਪਰਿਵਾਰ, ਮਾਤਾ ਗੁਜਰੀ ਜੀ ਜੋ ਕਿ ਠੰਡੇ ਬੁਰਜ ਦੇ ਵਿੱਚ ਉਹਨਾਂ ਨੇ ਰਾਤਾਂ ਕੱਟੀਆਂ, ਅਤੇ ਸਮੁੱਚੇ ਸਿੰਘਾਂ ਸਿੰਘਣੀਆਂ ਨੂੰ, ਮਾਤਾ ਜੀ ਨੂੰ, ਸਾਹਿਬਜ਼ਾਦਿਆਂ ਨੂੰ ਸਮਰਪਿਤ ਇਹ ਮਾਡਲ ਹੈ। ਅਤੇ ਮੈਂ ਆਪਣੀ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਮਾਡਲ ਤਿਆਰ ਕੀਤਾ। ਕੀ ਕਹਿਣਾ ਚਾਹੋਗੇ ਜਿਹੜੇ ਯੁਵਾ ਪੀੜ੍ਹੀਆਂ ਨੂੰ ਜਿਹੜੇ ਕਿ ਪਤਿਤ ਪੁਣੇ ਵੱਲ, ਨਸ਼ੇ ਵੱਲ ਜਾ ਰਹੇ ਨੇ, ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗਾ ਕਿ ਇਸ ਤਰ੍ਹਾਂ ਦੀਆਂ ਜੋ ਮਹਾਨ ਸ਼ਹਾਦਤਾਂ ਨੇ ਇਹ ਸਾਨੀਆਂ ਮਨਾਈਆਂ ਤਾਂ ਹੀ ਸਫਲਾਂ ਨੇ ਕਿ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲੀਏ, ਕਿਉਂਕਿ ਉਹਨਾਂ ਨੇ ਧਰਮ ਆਪਣਾ ਨਾ ਛੱਡਦਿਆਂ ਹੋਇਆ ਈਨ ਨਹੀਂ ਮੰਨੀ, ਲੇਕਿਨ ਸ਼ਹਾਦਤਾਂ ਦੇ ਦਿੱਤੀਆਂ। ਸਾਨੂੰ ਵੀ ਆਪਣੇ ਧਰਮ 'ਤੇ ਅਡੋਲ ਰਹਿਣਾ ਚਾਹੀਦਾ। ਅਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ, ਜ਼ੋਰਾਵਰ ਸਿੰਘ ਜੀ, ਫਤਿਹ ਸਿੰਘ ਜੀ ਕਿਸ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ ਜੂਝਦੇ ਰਹੇ ਵੱਡੇ ਸਾਹਿਬਜ਼ਾਦੇ, ਅਤੇ ਛੋਟੇ ਸਾਹਿਬਜ਼ਾਦਿਆਂ ਨੇ ਵੀ ਨਿੱਕੀਆਂ ਉਮਰਾਂ ਦੇ ਵਿੱਚ ਹੌਸਲਾ ਨਾ ਹਾਰਦਿਆਂ ਹੋਏ ਕਿਸ ਤਰ੍ਹਾਂ ਉਹਨਾਂ ਨੇ ਜੈਕਾਰੇ ਛੱਡਦਿਆਂ ਹੋਏ ਆਪਣੀਆਂ ਸ਼ਹਾਦਤਾਂ ਦਿੱਤੀਆਂ, ਅਤੇ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਸਾਨੂੰ ਆਪਣਾ ਜੀਵਨ ਜੀਣਾ ਚਾਹੀਦਾ ਹੈ।